ਸਤਿ ਸ਼੍ਰੀ ਅਕਾਲ ਜੀ ਇੱਕ ਵੀਡੀਓ ਨਾਲ ਤੁਹਾਡੇ ਸਾਂਝਾ ਕਰਨ ਲੱਗਿਆ ਖੈਰੇ ਵੀਡੀਓ ਨਾਰਮਲ ਹੈ ਪਰ ਆਮ ਤੌਰ ਤੇ ਜਿਹਦਾ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਸ਼ੌਕ ਦੇ ਤੌਰ ਤੇ ਕਾਲੀਆਂ ਜਾਲੀਆਂਕਾਰਾਂ ਤੇ ਲਾ ਲੈਂਦੇ ਨੇ ਕਿਉਂਕਿ ਹੁਣ ਗਰਮੀ ਦਾ ਮੌਸਮ ਆਉਣ ਲੱਗਾ ਤੇ ਕਾਲੀਆਂ ਜਾਲੀਆਂ ਤੇ ਬਹੁਤ ਸਾਰੇ ਲੋਕ ਹਲਕੀ ਜਾਂ ਫਿਰ ਗੂੜੀਆਂ ਫਿਲਮਾਂ ਵਾਲਾ ਲਾ ਲੈਂਦੇ ਨੇ ਹਰ ਇੱਕ ਬੰਦਾ ਆਪਣੇ ਰੂਪ ਦੇ ਰੁਤਬੇ ਦੇ ਹਿਸਾਬ ਨਾਲ ਚੀਜ਼ਾਂ ਵਰਤਦੇ ਨੇ ਆਮ ਸਾਡੇ ਵਰਗੇ ਮਾਤੌੜ ਲੋਕ ਜਦੋਂ ਪੁਲਿਸ ਵਾਲਾ ਕਿਤੇ ਲੱਗਦਾ ਵੀ ਜਾਂ ਖਾਲੀ ਰੂਟ ਹੈ ਤਾਂ ਉੱਥੇ ਜਾਲੀਆਂ ਲਾ ਲੈਂਦੇ ਨੇ ਜਾਂ ਫਿਰ ਇਹ ਹੁੰਦਾ ਵੀ ਜਿਹੜੇ ਲੋਕ ਸਮਝਦੇ ਨੇ ਕਿ ਸਾਡੀ ਜਾਦੇ ਚੱਲਦੀ ਆ ਤਾਂ ਉਹ ਲੋਕ ਕਾਲੀਆਂ ਫਿਲਮਾਂ ਚੜਾ ਲੈਂਦੇ ਨੇ ਅ ਅੱਜ ਇਹੀ ਇਹ ਵੀਡੀਓ ਖੈਰ ਮੈਂ ਸੋਸ਼ਲ ਮੀਡੀਆ ਤੋਂ ਲੱਤਾ ਤੇ ਇਹ ਵੀਡੀਓ ਪਟਿਆਲੇ ਦਾ ਦੱਸਿਆ ਜਾ ਰਿਹਾ ਤੇ ਪਟਿਆਲੇ ਦੇ ਵਿੱਚ ਪੁਲਿਸ ਦੀ ਇੱਕ ਬਹੁਤ ਸੋਹਣੀ ਤਸਵੀਰ ਸਾਹਮਣੇ ਆਈ ਹੈ ਉਹ ਸੋਹਣੀ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜੇ ਲੋਕ ਆਪਦੀ ਧੌਂਸ ਅਮੀਰਤ ਤੇ ਆਪਦੇ ਇੱਕ ਰੁਤਬੇ ਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਮਹਿੰਗੀਆਂ ਗੱਡੀਆਂ ਦੇ ਉੱਤੇ ਮਹਿੰਗੀਆਂ ਫਿਲਮਾਂ ਤੇ ਜਾਲੀਆਂ ਲਾ ਕੇ ਆਖਰਕਾਰ ਘੁੰਮਦੇ ਨੇ ਤੇ ਜ਼ਿਆਦਾਤਰ ਜੇ ਦੇਖਿਆ ਜਾਵੇ ਕਈ ਲੋਕ ਦੁਪਹਿਰ ਦੇ ਸਮੇਂ ਗਰਮੀ ਦੇ ਸਮੇਂ ਪਰੇਸ਼ਾਨੀ ਦੇ ਕਾਰਨ ਵੀ ਲਾਉਂਦੇ ਨੇ ਖੈਰ ਸਾਰਿਆਂ ਨੂੰ ਨਹੀਂ ਕਹਿ ਸਕਦੇ ਪਰ ਜ਼ਿਆਦਾਤਰ ਲੋਕ ਜੇ ਦੇਖਿਆ ਜਾਵੇ ਜਿਵੇਂ ਰਾਤ ਨੂੰ ਵੀ ਲਾਈ ਫਿਰਦੇ ਨੇ ਤੇ ਦਿਖੇ ਨਾ ਅੰਦਰ ਕੁਸ਼ਕਾਰ ਦੇ ਇਸ ਤਰ੍ਹਾਂ ਦੀ ਹਰ ਇੱਕ ਦੀ ਇੱਕ ਸੋਚ ਜੀ ਬਣ ਚੁੱਕੀ ਹੈ ਤੇ ਉਹ ਵੀਆਈਪੀ ਟ੍ਰੈਂਡ ਦਾ ਵੀ ਇੱਕ ਹਿੱਸਾ ਕਹਿ ਸਕਦੇ ਆ ਪਰ ਪੁਲਿਸ ਨੇ ਆਖਰਕਾਰ ਦੇਖੋ ਤੁਸੀਂ ਮੁੰਡਿਆਂ ਤੋਂ ਖੁਦ ਉਹ ਜਿਹੜੀ ਕਾਰਾਂ ਦੇ ਸ਼ੀਸ਼ੇ ਨੇਗੇ ਉਹਨਾਂ ਦੀਆਂ ਫਿਲਮਾਂ ਲਹਾਈਆਂ ਤੇ ਉਹਦੇ ਨਾਲ ਹੀ ਜਿਹੜੀਆਂ ਜਾਲੀਆਂ ਸੀ ਉਹ ਪਟਕੇ ਸਾਈਡ ਤੇ ਸੁੱਟੀਆਂ ਇਹ ਵੀਡੀਓ ਜਦੋਂ ਬਣਾਇਆ ਤਾਂ ਪੁਲਿਸ ਦੀ ਵੀ ਮੌਜੂਦਗੀ ਸੀ ਤੇ ਉੱਥੇ ਜਦੋਂ ਲੋਕਾਂ ਨੇ ਉਤਾਰੀਆਂ ਇੱਕ ਪਾਸੇ ਕਹਿ ਸਕਦੇ ਆ ਵੀ ਕਈ ਵਾਰ ਜਦੋਂ ਅਸੀਂ ਕੋਈ ਚੀਜ਼ ਗਲਤ ਕਰਦੇ ਆ ਗਲਤੀ ਮੰਨਦੇ ਆ ਤਾਂ ਉਹ ਚੀਜ਼ ਨੂੰ ਐਪਰੀਸ਼ੀਏਟ ਵੀ ਕਰਦੇ ਆ ਖੈਰ ਇਹ ਮੁੰਡਿਆਂ ਨੇ ਬਿਨਾਂ ਕਿਸੇ ਤਰ੍ਹਾਂ ਦੇ ਜੇ ਕਹੀਏ ਕਿ ਬਹਿਸ ਬਾਜੀ ਜਾਂ ਕਿਸੇ ਜਿਵੇਂ ਆਮ ਤੌਰ ਤੇ ਪੁਲਿਸ ਵਾਲਿਆਂ ਨੂੰ ਲੋਕ ਬਹਿਸਦੇ ਨਜ਼ਰ ਆਉਂਦੇ ਨੇ ਤਾਂ ਉਹ ਬਿਨਾਂ ਬਹਿਸ ਬੂਸ ਤੋਂ ਕੇ ਆਪ ਹੀ ਉਤਾਰਨੀਆਂ ਸ਼ੁਰੂ ਕਰਤੀਆਂ ਖੈਰ ਇੱਕ ਚੰਗਾ ਕੰਮ ਹੈ ਕਿ ਆਖਰਕਾਰ ਇਹਨਾਂ ਮੁੰਡਿਆਂ ਨੇ ਜਿਤਾ ਲਾਉ ਗਲਤੀ ਸਮਝੀ ਇਹ ਉਹਨੇ ਸਮਝਿਆ ਕਿ ਇਹ ਠੀਕ ਨਹੀਂ ਹੈਗਾ ਕਈ ਲੋਕਾਂ ਨੂੰ ਜਾਣਨ ਚਾਹੀਦਾ ਨਹੀਂ ਖਰ ਬਹੁਤ ਸਾਰੇ ਲੋਕਾਂ ਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਹੋਵੇ ਜ਼ਰੂਰੀ ਨਹੀਂ ਹੁੰਦਾ ਆਮ ਚੀਜ਼ਾਂ 'ਚ ਵੀ ਨਹੀਂ ਹੁੰਦੀ ਕਈ ਵਾਰੀ ਕਈਆਂ ਦੇ ਲੋਕਾਂ ਦੀ ਦਿਲਚਸਪੀ ਨਹੀਂ ਜਿਹੜੀ ਚੀਜ਼ ਹੁੰਦੀ ਪਰ ਇਹ ਵੀਡੀਓ ਮੈਂ ਤਾਂ ਸ਼ੇਅਰ ਕਰ ਰਿਹਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਦੱਸੋ ਕਿ ਆਖਰਕਾਰ ਭਾਈ ਜੇ ਤੁਸੀਂ ਹੁਣ ਗਰਮੀ ਕਰਕੇ ਫਿਲਮਾਂ ਫਿਲਮਾਂ ਚੜਾ ਰਹੀਆਂ ਜਾਂ ਜੇ ਚੜਾਉਣਾ ਚਾਹੁੰਦੇ ਹੋ ਤਾਂ ਪੈਸੇ ਖਰਾਬ ਨਾ ਕਰੋ ਜੇ ਚੜਾ ਰਹੀਆਂ ਨੇ ਤਾਂ ਫਿਰ ਆਪ ਹੀ ਉਤਾਰ ਲਓ ਨਹੀਂ ਫਿਰ ਪੁਲਿਸ ਕਿਸੇ ਨਾਕੇ ਤੇ ਉਤਾਰੂਗੀ ਕਈ ਵਾਰੀ ਮਹਿੰਗਾ ਚਲਾਨ ਵੀ ਕੱਟ ਜਾਂਦਾ ਤੇ ਕਈ ਵਾਰੀ ਐਵੇਂ ਵੀ ਸਰ ਜਾਂ ਇਹਾਰੇ ਪਟਿਆਲੇ ਦਾ ਵੀਡੀਓ ਹੈ ਜਿਹੜਾ ਸਾਹਮਣੇ ਦਿਖ ਰਿਹਾ ਹੈ ਕਿਉਂਕਿ ਮੈਂ ਇੱਕ ਪਟਿਆਲੇ ਦੇ ਹੀ ਸੋਸ਼ਲ ਮੀਡੀਆ ਚੈਨਲ ਤੋਂ ਇਹ ਕਾਪੀ ਕੀਤਾ ਤੇ ਇਹ ਇਹਦਾ ਮੇਰਾ ਮਕਸਦ ਇਹ ਸੀਗਾ ਵੀ ਆਖਰਕਾਰ ਦੇਖਣ ਲੋਕ ਕਿ ਆਖਰ ਪੁਲਿਸ ਫਿਰ ਐਵੇਂ ਵੀ ਕਾਰਵਾਈ ਕਰ ਦਾਂਦੀ ਹੁੰਦੀ ਆ ਉੱਥੇ ਖੈਰ ਇਹ ਰੋਲ ਰੱਪਾ ਨਹੀਂ ਪਿਆ ਕਈ ਲੋਕ ਬਹਿਸ ਵੀ ਜਾਂਦੇ ਨੇ ਪੁਲਿਸ ਦੇ ਨਾਲ ਵੀ ਅਸੀਂ ਨਹੀਂ ਉਤਾਰਦੇ ਜਾਂ ਫੋਨ ਕਰਾਉਣ ਲੱਗ ਜਾਂਦੇ ਨੇ ਤਾਂ ਪੁਲਿਸ ਪੰਜਾਬ ਦੀ ਖੈਰ ਇਸ ਪਾਸੇ ਨੂੰ ਸਖਤ ਨਜ਼ਰ ਆਉਂਦੀ ਹੈ ਹੁਣ ਮੈਨੂੰ ਪਤਾ ਹੈ ਕਿ ਕਈ ਲੋਕ ਅੱਜ ਨਾਲਾ ਘਟੜਾਂ ਨੂੰ ਲੈ ਕੇ ਕਈ ਤਰ੍ਹਾਂ ਦੀ ਟੀਚਰ ਟਿੱਪਣੀਆਂ ਕਰ ਸਕਦੇ ਨੇ ਕਿ ਪਰਖਾ ਠੀਕ ਐ ਪਰ ਪੰਜਾਬ ਪੁਲਿਸ ਦਾ ਅਸੀਂ ਦੇਖਿਆ ਕਿ ਜਿਸ ਤਰ੍ਹਾਂ ਦੇ ਨਾਲ ਰੋਡ ਹੁਣ ਹੌਲੀ-ਹੌਲੀ ਸੁਧਰ ਰਿਹਾ ਤਾਂ ਉਸ ਚੀਜ਼ ਦਾ ਇੱਕ ਚੰਗੀ ਤਸਵੀਰ ਵੀ ਹੈ ਤੇ ਨਾਲ ਹੀ ਇਹ ਵੀ ਕਹਿ ਸਕਦੇ ਆ ਵੀ ਜਿਹੜੇ ਲੋਕ ਭਾਈ ਆਪ ਦੀਆਂ ਗੱਡੀਆਂ ਤੇ ਚੜਾਈ ਫਿਰਦੇ ਨੇ ਫਿਲਮਾਂ ਫਿਲਮ ਉਤਾਰ ਲੋ ਹੁਣ ਪੁਲਿਸ ਇਸ ਪਾਸੇ ਨੂੰ ਵੀ ਹੋ ਗਈ ਆ ਤੇ ਪੁਲਿਸ ਫਿਰ ਨਹੀਂ ਫਿਰ ਆਪ ਤਾਰੂਗੀ ਉਹਦੇ ਚ ਫਿਰ ਹੋ ਸਕਦਾ ਤੁਹਾਡੇ ਜੇਬ ਨੂੰ ਵੀ ਸੇਕ ਲੱਗੇ ਜੇ ਉਹਨਾਂ ਨੇ ਚਲਾਨ ਕੱਟਤਾ ਹੋ ਸਕਦਾ ਕਿ ਤੁਹਾਨੂੰ ਮੌਕਾ ਵੀ ਦੇ ਦੇ ਪਰ ਬਿਹਤਰ ਰਹੇ ਆ ਵੀ ਨਾ ਇਹ ਜਿਹੀਆਂ ਚੀਜ਼ਾਂ ਕਰੀਏ ਤੇ ਨਾ ਹੀ ਇਹ ਜਿਹੀਆਂ ਫਿਰਮਾਂ ਸੀ ਚ ਪੜਨ ਵੇਲੇ ਟੀਸ ਬੋ ਪੈਂਦੀ ਆ ਪਹਿੜਾ ਵੀ ਖੁਦ ਨੂੰ ਲੱਗਦਾ ਤੇ ਇੱਕ ਲੋਕਾਂ ਨੂੰ ਇਹ ਵੀ ਲੱਗਦਾ ਵੀ ਸਾਡੀ ਸ਼ਾਇਦ ਕਿਤੇ ਨਾ ਕਿਤੇ ਬੇਇੱਜ਼ਤੀ ਹੋ ਗਈ ਆ ਪਰ ਖੈਰ ਪੁਲਿਸ ਨੇ ਇਹ ਪੁਲਿਸ ਦੀ ਜ਼ਿੰਮੇਵਾਰੀ ਹੈ ਕਾਨੂੰਨ ਨੂੰ ਸਹੀ ਰੱਖਣਾ ਤੇ ਜੇਕਰ ਕੋਈ ਗਲਤ ਕਰਦਾ ਤਾਂ ਫਿਰ ਉਹਨੂੰ ਠੀਕ ਕਰਨਾ ਧੰਨਵਾਦ